ਕਿਵੇਂ ਆ ਰਹੋ ਤੁਸੀਂ? ਠੀਕ ਠਾਕ ਹੋ? ਤਬੀਅਤ ਸਰ ਠੀਕ ਹੈ, ਸਭ ਖੈਰੀਅਤ ਹੈ। ਮੈਂ ਉਮੀਦ ਕਰੀ ਨਾ ਕਿ ਤੁਸੀਂ ਖੈਰੀਅਤ ਨਾਲ ਹੋ ਸਰ। ਕਾਫੀ ਅਰਸੇ ਬਾਅਦ ਮੈਂ ਆਪਣਾ ਇਹ ਵਲੌਗ ਬਣਾਉਂਦਾ ਪਿਆ, ਅਤੇ ਵਲੌਗ ਦੇ ਵਿੱਚ ਅੱਜ ਮੈਂ ਤੁਹਾਨੂੰ ਇੱਕ ਇਨਫੋਰਮੇਸ਼ਨ ਦੇਣ ਲੱਗਾ, ਇੱਕ ਮਾਲੂਮਾਤ ਦੇਣ ਲੱਗਾ ਕਿ ਸੋਲਰ ਪਲੇਟ ਦੇ ਹਵਾਲੇ ਨਾਲ ਕਿ ਸੋਲਰ ਪਲੇਟ ਜਿਹੜੀ ਉਹਦੇ ਕਿਤਨੇ ਫਾਇਦੇ ਨੇ। ਇੱਕ ਐਸੀ ਸੋਲਰ ਪਲੇਟ ਕਿ ਉਹਦੇ ਮੈਂ ਵਾਟ ਹੀ ਤੁਹਾਨੂੰ ਦੱਸਿਆ ਨਾ, ਪਲੇਟ ਇੱਕ ਹੈ ਲੇਕਿਨ ਉਹਦੇ ਜਿਹੜੀ ਕਵਰੇਜ ਹੈ ਜ਼ਿਆਦਾ ਹੈ, ਆਊਟਪੁੱਟ ਜ਼ਿਆਦਾ ਦੇ ਰਹੀ ਹੈ ਵੀਵਰਸ, ਉਹਦੇ ਬਾਰੇ ਮੈਂ ਤੁਹਾਨੂੰ ਦੱਸਣ ਲੱਗਾ। ਲੇਕਿਨ ਇੱਕ ਛੋਟੀ ਜਿਹੀ ਗੁਜ਼ਾਰਿਸ਼, ਅਗਰ ਤੁਸੀਂ ਮੇਰੇ ਇਸ ਚੈਨਲ ਦੇ ਉੱਤੇ ਨਵੇਂ ਹੋ, ਪਹਿਲੇ ਤੁਸੀਂ ਮੇਰਾ ਚੈਨਲ ਵਿਜ਼ਿਟ ਨਹੀਂ ਕੀਤਾ ਹੋਇਆ, ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ, ਲਾਈਕ ਕਮੈਂਟ ਅਤੇ ਸ਼ੇਅਰ ਵੀ ਕਰ ਦਿਓ, ਤਾਂ ਕਿ ਮੇਰੀ ਹੌਸਲਾ ਅਫਜ਼ਾਈ ਹੁੰਦੀ ਰਹੇ ਅਤੇ ਮੈਂ ਇਸ ਤਰ੍ਹਾਂ ਦੀ ਹੋਰ ਅੱਛੀ ਅੱਛੀ ਵੀਡੀਓਜ਼ ਜਿਹੜੀ ਤੁਹਾਡੀ ਇੰਟਰਟੇਨਮੈਂਟ ਵਾਸਤੇ, ਤੁਹਾਡੀ ਮਾਲੂਮਾਤ ਵਾਸਤੇ ਬਣਾਉਂਦਾ ਰਹਾਂ। ਵਿਊਅਰਸ, ਜਿਹਦੇ ਪਏ ਇਹ ਪਲੇਟ ਹੈ ਅਤੇ ਇਸਦੇ ਜਿਹੜੀ ਜਿਹੜੀ ਵਾਟ ਹੈ ਨਾ, ਇਹ ਮੈਂ ਤੁਹਾਨੂੰ ਵਾਟ ਹੀ ਲਿਖਿਆ ਨਾ ਕਿ ਕਿਤਨੇ ਵਾਟ ਦੀ ਪਲੇਟ ਹੈ। ਇਹ ਵੀਵਰਸ ਜਿਹੜੀ ਪਲੇਟ ਹੈ ਨਾ, ਇਹ 300 ਵਾਟ ਦੀ ਪਲੇਟ ਹੈ, ਠੀਕ ਹੈ। ਹੁਣ ਬਾਰਿਸ਼ ਆਈ ਹੈ ਅਤੇ ਇਹ ਉੱਤੋਂ ਯਾਨੀ ਥੱਲੇ ਲਿਖੇ ਹੋਏ 300 ਵਾਟ। ਇਹ ਵੇਖੋ ਵੀਵਰਸ, ਤੁਹਾਨੂੰ ਨਜ਼ਰ ਆ ਰਹੀ ਪਲੇਟ, ਇਹ ਵੇਖੋ, ਇਹਦੇ 300 ਵਾਟ ਦੀ ਪਲੇਟ ਹੈ, ਇਹ ਉੱਤੋਂ ਲਿਖੇ ਹੋਏ 300 ਵਾਟ, ਠੀਕ ਹੈ। ਅਤੇ ਇਹਦੀ ਕਵਰੇਜ ਮਾਸ਼ਾਅੱਲਾ ਬੜੀ ਹੈ, 300 ਵਾਟ ਦੀ ਪਲੇਟ ਹੈ। ਔਰ ਇਹ ਇਹਦੀ ਯਾਨੀ ਆਸੇ ਪਾਸੇ ਪੱਟੀ ਜਿਹੜੀ ਲੱਗੀ ਹੋਈ ਹੈ, ਇਹ ਦੇਖੋ ਇੱਕ ਕਵਰ ਜਿਹੜੀ ਇਹਨੇ ਸਾਈਡ ਦੇ ਉੱਤੇ, ਇਹ ਸਟੀਲ ਨੁਮਾ ਹੈ, ਇਹ ਵੀ ਬੜੀ ਜ਼ਬਰਦਸਤ ਹੈ। ਔਰ ਮਾਸ਼ਾਅੱਲਾ ਇਹ ਡਬਲ ਗਲਾਸ ਪਲੇਟ ਹੈ, ਔਰ ਇਹਦੀ ਪ੍ਰਾਈਸ ਜਿਹੜੀ ਉਹ ਵੀ ਬੜੀ ਮੁਨਾਸਿਬ ਜਿਹੀ ਹੈ, ਯਾਨੀ 13,000 ਇਹਦੀ ਪ੍ਰਾਈਸ ਹੈ ਇਸ ਪਲੇਟ ਦੀ। ਇਹ ਮੈਂ ਰੱਖੀ ਹੋਈ ਹੈ ਬਾਹਰ, ਔਰ ਇਹਦੇ ਉੱਤੇ ਜਨਾਬ ਵਾਲਾ ਕੂਲਰ, ਏਅਰ ਕੂਲਰ ਜਿਹੜਾ ਹੈ, ਔਰ ਛੱਤ ਵਾਲਾ ਪੱਖਾ ਜਿਹੜਾ ਹੈ, ਡੀਸੀ ਪੱਖਾ, ਉਹ ਬੜਾ ਜ਼ਬਰਦਸਤ ਤਰੀਕੇ ਨਾਲ ਚੱਲ ਰਿਹਾ। ਇਹ ਤਾਰ ਜਾ ਰਹੀ ਹੈ ਵੀਵਰਸ, ਅਤੇ ਇਹ ਇਸ ਨੂੰ ਮੈਂ ਛੱਤ ਉੱਤੋਂ ਗੁਜ਼ਾਰੇ ਹੋਏ, ਅਤੇ ਅੰਦਰ ਮੈਂ ਤੁਹਾਨੂੰ ਦਿਖਾਉਣਾ ਕਿ ਕਿਸ ਤਰੀਕੇ ਨਾਲ ਇਹਦੀ ਕਵਰੇਜ ਹੋ ਰਹੀ ਹੈ। ਅਤੇ ਇਸ ਪਲੇਟ ਦੇ ਬਾਰੇ ਇੱਕ ਹੋਰ ਵੀ ਮੈਂ ਤੁਹਾਨੂੰ ਗੱਲ ਦੱਸ ਦੇਵਾਂ ਕਿ ਇਸ ਉੱਤੇ ਦੱਸਿਆ ਗਿਆ ਕਿ ਛੱਤ ਵਾਲੇ ਜਿਹੜੇ ਨੇ 3 ਪੱਖੇ ਚੱਲ ਸਕਦੇ ਨੇ, ਔਰ ਅਗਰ ਇੱਕ ਕੂਲਰ ਹੋਵੇ ਥੱਲੇ ਤਾਂ ਛੱਤ ਵਾਲੇ 2 ਪੱਖੇ ਚੱਲ ਸਕਦੇ ਨੇ। ਔਰ ਇਸ ਤੋਂ ਇਲਾਵਾ ਇਸ ਉੱਤੇ ਜਨਾਬ ਮਿਜ਼ਾਈਲ ਮੋਟਰ ਜਿਹੜੀ ਹੈ ਨਾ, ਉਹ ਵੀ ਬੜੇ ਜ਼ਬਰਦਸਤ ਤਰੀਕੇ ਨਾਲ ਕੰਮ ਕਰੀ ਦੀ, ਅਗਰ ਪੱਖੇ ਬੰਦ ਕਰ ਦਿੱਤੇ ਵਜਨ ਤਾਂ। ਪੱਖਾ ਇੱਕ ਕੂਲਰ ਕਿਸ ਤਰੀਕੇ ਨਾਲ ਕੰਮ ਕਰ ਰਿਹਾ, ਬੜੇ ਜ਼ਬਰਦਸਤ ਤਰੀਕੇ ਨਾਲ। ਮੈਂ ਇੱਕ ਸਿੰਪਲ ਜਿਹਾ ਤਰੀਕਾ ਲਾਇਆ ਹੋਇਆ, ਇਹ ਦੇਖੋ ਜੀ, ਤਾਰਾਂ ਇੱਥੋਂ ਆ ਰਹੀਆਂ ਨੇ ਛੱਤ ਤੋਂ, ਔਰ ਜਿਹੜਾ ਛੱਤ ਵਾਲਾ ਪੱਖਾ ਨਾ, ਸੀਲਿੰਗ ਫੈਨ, ਇਹ ਡੀਸੀ ਪੱਖਾ, ਇਹ ਬੜਾ ਜ਼ਬਰਦਸਤ ਕੰਮ ਕਰ ਰਿਹਾ। ਔਰ ਮਾਸ਼ਾਅੱਲਾ ਇਹ ਬਿਜਲੀ ਦੀ ਬੱਚਤ, ਤੁਹਾਨੂੰ ਪਤਾ ਬਿਜਲੀ ਦੇ ਬਲ ਬਹੁਤ ਜ਼ਿਆਦਾ ਆਉਂਦੇ ਨੇ, ਬਹੁਤ ਜ਼ਿਆਦਾ ਬਿੱਲ ਆਉਂਦੇ ਨੇ। ਵੀਵਰਸ, ਮੈਂ ਉਮੀਦ ਕਰੀ ਨਾ ਕਿ ਤੁਹਾਨੂੰ ਮੇਰੀ ਵੀਡੀਓ ਅੱਛੀ ਲੱਗੀ ਹੋ ਸੀ, ਇਵੇਂ ਦੇ ਪਲੇਟ, ਇਸ ਪਲੇਟ ਦੀ ਕਿਤਨੀ ਕਵਰੇਜ ਹੈ, ਔਰ ਬਿਜਲੀ ਦੇ ਬਿੱਲ ਚੁੱਕੇ ਬਹੁਤ ਜ਼ਿਆਦਾ ਆਉਂਦੇ ਨੇ, ਔਰ ਬਿਜਲੀ ਦੇ ਬਿੱਲ ਜ਼ਿਆਦਾ ਆਉਣ ਦੀ ਵਜ੍ਹਾ ਤੋਂ ਇਹ ਪਲੇਟ ਜਿਹੜੀ ਹੈ, ਇਸਦੇ ਬੜੇ ਫਾਇਦੇ ਨੇ, ਬਿਜਲੀ ਦੀ ਬੱਚਤ ਹੈ। ਅਗਰ ਤੁਸੀਂ ਵੀ ਮਤਲਬ ਇਹ ਪਲੇਟ ਇਸਤੇਮਾਲ ਕਰੇ ਸੋ, ਤਾਂ ਇਨਸ਼ਾਅੱਲਾ ਬਿਜਲੀ ਦੀ ਬੱਚਤ ਹੋ ਸੀ। ਇਸੇ ਦੇ ਨਾਲ ਮੈਂ ਇਜਾਜ਼ਤ ਚਾਹੁੰਦਾ, ਅੱਲਾ ਹਾਫਿਜ਼।